ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਫੇਰ ਕਰਨ ਜਾ ਰਹੇ ਹਾਂ ਕਲਾਸ 10 ਦਾ ਮੈਥਮੈਟਿਕਸ ਜਿਸ ਸਮੇਂ ਬੱਚੋ ਤਾਂ ਸਾਰਿਆਂ ਨੂੰ ਪਤਾ ਹੋਏਗਾ ਕਿ ਆਪਾਂ ਨੇ 13 ਚੈਪਟਰ ਸ਼ੁਰੂ ਕੀਤਾ ਹੈ ਜਿਹਦਾ ਹੈਗਾ ਇਸ ਸਟੈਟਿਸਟਿਕ ਉਹਦੇ ਵਿੱਚ ਆਪਾਂ ਨੇ 13.2 ਦੇ ਫਰਸਟ ਸਮ ਤੇ ਸੈਕਿੰਡ ਸਮ ਕਰ ਲਿਆ ਸੀ ਤੇ ਹੁਣ ਆਪਾਂ ਕਰਨ ਜਾ ਰਹੇ ਹਾਂ ਸਮ ਨੰਬਰ 3 ਤੇ ਬੇਟਾ ਸਭ ਤੋਂ ਸਮ ਨੰਬਰ 3 ਦੀ ਨਾਲ ਆਪਾਂ ਨੇ ਸਟੇਟਮੈਂਟ ਪੜ੍ਹ ਲੈਣੇ ਆ ਦਾ ਫੋਲੋਇੰਗ ਡਾਟਾ ਗਿਵਸ ਦਾ ਡਿਸਟ੍ਰਿਬਿਊਸ਼ਨ ਆਫ ਟੋਟਲ ਮੰਥਲੀ ਹਾਊਸਹੋਲਡ ਐਕਸਪੈਂਡੀਚਰ ਆਫ 200 ਫੈਮਿਲੀਜ਼ ਆਫ ਅ ਵਿਲੇਜ to find the modal expenditure of the family also find the mean expenditure kande inne ki jehdi hanu ajda data ditta hai ede vich na total expenditure ditta hai mahine vich kinni 200 family kinni kharche de ne ਹਾਊਸਹੋਲਡ ਐਕਸਪੈਂਡੀਚਰ ਉਹਨੂੰ ਕਹਿੰਦੇ ਆ ਕਿ ਜਿਹੜੇ ਆਪਾਂ ਘਰ ਗ੍ਰਿਸ਼ਤੀ ਵਿੱਚ ਕਿੰਨੇ ਪੈਸੇ ਖਰਚਦੇ ਨੇ ਠੀਕ ਹੈ ਨਾ ਕਿ ਇਹਨਾਂ ਦਿੱਤਾ ਹੋਇਆ 200 ਫੈਮਲੀਜ਼ ਦਾ ਦਿੱਤਾ ਹੈ ਜੋ ਕਿ ਵਿਲੇਜ ਵਿੱਚ ਰਹਿੰਦੀ ਪਈ ਹੈ ਇਹਦੇ ਵਿੱਚ ਆਪਾਂ ਫਾਈਂਡ ਕੀ ਕਰਨਾ ਮੋਡ ਫਾਈਂਡ ਆਊਟ ਕਰਨਾ ਤੇ ਮੀਨ ਫਾਈਂਡ ਆਊਟ ਕਰਨਾ ਬੇਟਾ ਜੀ ਮੈਂ ਦੱਸਣਾ ਚਾਹੁੰਗਾ ਕਿ ਜਿਹੜੀ ਮੀਨ ਹੈਗੀ ਜਿਹੜੀ ਆਪਾਂ 13.1 ਹੀ ਉਹਦੇ ਵਿੱਚ ਆਪਾਂ ਸਾਰੇ ਟਾਪਿੰਗ ਮੀਨ ਦਾ ਕਵਰ ਕੀਤਾ ਹੈ ਇਸ ਕਰਕੇ ਮੈਂ ਤੁਹਾਨੂੰ ਮੀਨ ਨਹੀਂ ਕਰਾਉਂਗਾ ਤਿੱਹੀਂ ਅੱਜ ਮੈਂ ਸਿਰਫ ਤੁਹਾਨੂੰ ਮੋਡ ਕਰਾਵਾਂਗਾ ਠੀਕ ਹੈ ਬੇਟਾ ਤੇ ਸਭ ਤੋਂ ਪਹਿਲਾਂ ਨਾ ਆਪਾਂ ਨਾ ਸਟਾਰ ਇਥੇ ਆਪਣਾ ਪਹਿਲੇ ਨਾ ਸਭ ਤੋਂ ਪਹਿਲਾ ਬੇਟਾ ਸੋਲੂਸ਼ਨ ਪਾ ਕੇ ਨਾ ਆਪਣਾ ਲਿਖ ਲਓ ਉਹ ਕੀ ਕਹਿੰਦੇ ਆ ਮੋਡ ਦਾ ਨਾ ਫਾਰਮੂਲਾ ਲਿਖ ਲਓ ਮੋਡ ਦਾ ਫਾਰਮੂਲਾ ਕੀ ਹੁੰਦਾ ਬੇਟਾ ਮੋਡ ਦਾ ਫਾਰਮੂਲਾ ਹੁੰਦਾ l f1 माँनस माँनस f0 ਠੀਕ ਹੈ ਮਲਟੀਪਲਾਈ ਬਾਈ h ਡਿਵਾਈਡ ਬਾਈ 2 f1 माँनस f0 माँनस f2 ਠੀਕ ਹੈ ਬੇਟਾ ਅ ਮੋਡ ਦਾ ਫਾਰਮੂਲਾ ਹੁੰਦਾ ਠੀਕ ਹੈ ਤਾਂ ਹੁਣ ਬੇਟਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਇਹ ਟੇਬਲ ਉਹ ਲਿਖ ਲਿਆ ਜੇ ਹੁਣ ਆਹ ਟੇਬਲ ਦੇ ਵਿੱਚ ਵੇਖੋ ਜਿਹੜਾ ਆਹ ਟੇਬਲ ਹੈਗਾ ਇਹਨਾਂ ਵਿੱਚੋਂ ਵੇਖੋ ਸਭ ਤੋਂ ਜ਼ਿਆਦਾ ਹਾਈ ਫ੍ਰੀਕੁਐਂਸੀ ਕਿਹੜੀ ਹੈ ਹਾਂਜੀ ਬੇਟਾ ਸਭ ਤੋਂ ਜ਼ਿਆਦਾ ਹਾਈ ਫ੍ਰੀਕੁਐਂਸੀ ਹੈਗੀ 40 ਵਾਲੀ ਠੀਕ ਹੈ ਇਹਨੂੰ ਆਪਾਂ ਮਾਰਕ ਕਰ ਲਓ ਹੁਣ ਜਿਹੜੀ 40 ਜਿਹੜੀ ਸਭ ਤੋਂ ਜ਼ਿਆਦਾ ਹਾਈ ਫ੍ਰੀਕੁਐਂਸੀ ਹੈ ਉਹਨੂੰ ਆਪਾਂ ਡੀਨੋਟ ਕਰ ਦੇਗੇ ਦੇ ਨਾਲ f1 ਦੇ ਨਾਲ ਹੁਣ ਬੇਟਾ f1 ਦੇ ਉੱਪਰ ਕੀ ਆਉਂਦਾ f0 ਇਹਦੇ ਕਰਕੇ ਕੀ ਹੋਏਗਾ ਜਿਹੜਾ ਸਾਡਾ 24 ਹੈ ਉਹ ਕੀ ਹੋ ਗਿਆ f0 ਤੇ ਹੁਣ ਜਿਹੜਾ f f1 ਦੇ ਥੱ f2 ਹੈਗਾ 33 ਜਿਹੜਾ ਸਾਨੂੰ 기ਵਨ ਹੈਗਾ ਨਾ ਉਹ ਹੁਣ ਲਿਖ ਲੈਂਦੇ ਆ ਜਿਸ ਸਾਹ ਹੁਣ ਸਾਨੂੰ 기ਵਨ 기ਵਨ ਨਹੀਂ ਉਹ ਜਿਹੜਾ ਆਪਾਂ ਫਾਈਂਡ ਆਊਟ ਕਰ ਲਿਆ ਉਹ ਉਹ ਲਿਖ ਲੈਂਦੇ ਜਿਵੇਂ ਹੁਣ ਸਾਡੇ ਕੋਲ f0 ਕਿੰਨਾ ਹੈਗਾ 24 f1 ਹੈਗਾਡੇ ਕੋ 40 ਤੇ f2 ਹੈਗਾਡੇ ਕੋ ਕਿੰਨਾ 33 ਹੁਣ ਆਪਾਂ h ਫਾਈਂਡ ਆਊਟ ਕਰਦੇ ਹੁਣ ਬੇਟਾ h ਫਾਈਂਡ ਆਊਟ ਕਰਨ ਵਾਸਤੇ ਨੂੰ ਵਾਸਤੇ ਕਹਿੰਦੇ ਕਲਾਸ ਇੰਟਰਵਲ ਦਾ ਡਿਫਰੈਂਸ ਵੀ ਹੁੰਦਾ ਕਈ ਕਈ ਬੁੱਕਾਂ ਦੇ ਵਿੱਚ h ਨੂੰ ਫਾਈਂਡ ਆਊਟ ਕਰਨ ਵਾਸਤੇ ਲਿਖਾਂਦਾ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਹੈ ਨਾ ਹੁਣ ਭਾਵੇਂ ਤੁਸੀਂ ਗੈਪ ਵੀ ਵੇਖ ਲੇ ਦਿਓ ਕਲਾਸ ਇੰਟਰਵਲ ਵਿੱਚ ਕਿੰਨੇ ਦਾ ਗੈਪ ਹੈ ਇਹਦੇ ਵਿੱਚ ਵੇਖੋ 1500 500 ਦਾ ਗੈਪ ਹੈ 1500 ਤੋਂ 2500 ਦਾ ਗੈਪ ਹੈਗਾ ਹੁਣ ਮੰਨ ਲਓ ਕਿ ਮੈਂ ਇਹ ਫਾਰਮੂਲਾ ਅਪਲਾਈ ਕਰ ਦੇਣਾ ਇਹਦੇ ਤੇ ਠੀਕ ਹੈ ਬੇਟਾ 1500 1000 ਕਿੰਨਾ ਬਚ ਗਿਆ 500 ਸਾਡਾ ਐਚ ਵੀ ਆ ਗਿਆ ਨੇ ਠੀਕ ਹੈ ਹੁਣ ਇਹਦੇ ਚ ਲਿਖਿਆ ਐਲ ਬੇਟਾ ਇਹਨੂੰ ਲੋਅਰ ਲਿਮਿਟ ਕਹਿੰਦੇ ਨੇ ਹੁਣ ਤੁਸੀਂ ਕੀ ਕਰੋਗੇ ਕਨਫਿਊਜ਼ ਨਹੀਂ ਹੋਣਾ ਜਿਹੜਾ ਹੁਣ ਸਾਡੀ ਮੋਸਟ ਫ੍ਰੀਕਵੈਂਸੀ ਹੈਗੀ ਉਹਦਾ ਕਲਾਸ ਇੰਟਰਵਲ ਲੈ ਲੈਣਾ सीआई ठीक है क्लास इंटरवल हुन 40 ਦੇ ਸਾਹਮਣੇ ਕਿਹੜਾ ক্লাস ਇੰਟਰਵਲ ਹੈਗਾ ਬੇਟਾ 1500 ਤੇ 2000 ਹੋਤੀ ਲੱਲਾ 1500 ਤੇ 2000 ਹੁਣ ਇਹ 1500 ਤੋਂ 2000 ਵਿੱਚ ਇੱਕ ਦੋ ਜਾਣ ਪਤਾ ਨਾ ক্লাস ਇੰਟਰਵਲ ਵਿੱਚ ਹਮੇਸ਼ਾ ਇੱਕ ਹੁੰਦੀ ਲੋਅਰ ਲਿਮਿਟ ਤੇ ਇੱਕ ਹੁੰਦੀ ਅਪਰ ਲਿਮਿਟ ਹੁਣ 1500 ਤੋਂ 2000 ਰਵੇ ਚ ਸਭ ਤੋਂ ਛੋਟੀ ਰਕਮ ਕਿਹੜੀ ਹੈ 1500 ਠੀਕ ਹੈ ਆ ਗਿਆ ਸਾਡਾ ਐਲ ਹੋਣ ਬੇਟਾ ਕੁਛ ਨਹੀਂ ਕਰਾ ਸਿੰਪਲ ਦਾ ਕੰਮ ਹੈ ਹੁਣ ਬਸ ਜਿਹੜਾ ਤੁਹਾਨੂੰ ਫਾਰਮੂਲਾ ਦਿੱਤਾ ਇਹਦੇ ਵਿੱਚ ਤੁਹਾਡਾ ਕੋਲ ਐਲ ਵੀ ਹੈਗਾ ਐਫ ਐਫ 1 ਐਫ 0 ਵੀ ਹੈਗਾ ਐਫ 1 ਐਫ 0 ਐਫ 2 ਵੀ ਹੈਗਾ ਤੇ ਐਚ ਵੀ ਹੈਗਾ ਜਸਟ ਤੀਹਨ ਕੀ ਕਰਨਾ ਵੈਲਿਊਜ਼ ਪੁੱਟ ਕਰ ਦੇਣੀ ਹੈ ਤੇ ਤੁਹਾਡਾ ਆਨਸਰ ਆ ਜਾਏਗਾ ਹੁਣ ਜਿਸ ਸਾਡੇ ਕੋਲ ਕੀ ਹੀ ਐਲ ਤੇ ਸਾਡੇ ਕੋਲ ਕਿੰਨਾ ਹੈ 1500 ਠੀਕ ਹੈ ਪਲੱਸ ਹੁਣ ਸਾਡੇ ਕੋਲ ਹੁੰਦਾ ਹੀ ਐਫ 1 ਐਫ 1 ਕਿੰਨਾ ਹੈ 40 ਐਫ 0 ਕਿੰਨਾ ਹੈ 24 24 ਡਿਵਾਈਡਡ ਬਾਈ ਬਾਈ टू डिवाइड मल्टीप्लाई बाय टू एफ वन फोर्टी माइनस ट्वेंटी फोर माइनस थर्टी थ्री मल्टीप्लाई बाय कि पाँच सौ हम बस सिंपल कैलकुलेशन कर लेंगे फिफ्टीन हंड्रेड प्लस जो आप फोर्टी माइनस ट्वेंटी फोर आएगा तो उदो आ जाएगा कि ना सिक्सटीन ठीक है टू टू फोर्टी ना मल्टीप्लाई करा एटी आ जाएगा ठीक है बेटा हूँ आप करा फिफ्टीन हंड्रड Plus +16 ਜਦੋਂ ਆਪਾਂ ਬੇਟਾ 80 ਨੂੰ ਮਾਈਨਸ ਕਰਾਂਗੇ 23 ਨਾ ਮਾਈਨਸ ਕਰਾਂਗੇ 33 ਨਾ ਤੁਹਾਡੇ ਕੋਲ ਕੀਰੀ ਵੈਲਿਊ ਆ ਜਾਏਗੀ 23 ਆ ਜਾਏਗਾ ਤੁਹਾਡਾ ਤੇ 23 ਨੂੰ ਮੈਂ ਨਾ ਚੰਗੀ ਤਰ੍ਹਾਂ ਲਿਖ ਲਾਂ ਬੇਟਾ ਜੇ ਸਾਫ ਤੁਹਾਨੂੰ ਕਨਫਿਊਜ਼ ਹੋ ਨਾ ਵੀ 23 500 ਹੁਣ ਆਪਾਂ ਬੇਟਾ 16 ਨੂੰ ਮਲਟੀਪਲਾਈ ਕਰ ਦਾਂਗੇ 500 ਨਾ ਜੇ ਤਾਂ ਬੇਟਾ ਆਪਾਂ 16 ਨੂੰ 500 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 8000 ਹੁਣ 8000 23 ਹੁਣ ਤੁਹਾਡਾ ਨਾ ਪੁਆਇੰਟਾਂ ਦੇ ਵਿੱਚ ਬੇਟਾ ਆਨਸਰ ਆਏਗਾ जरा फिफ्टीन हंड्रड प्लस हाडे को जो आप एट थाउजेंड ट्वेंटी थ्री ना डिवाइड करा तो बेटा हाँ को थ्री हंडर्ड फोर्टी सैवन पॉइंट एटी टू आ जाएगा ठीक है हम बस की करना है? बेटा फिफ्टीन हंड्रड थ्री हंड्रड फोर्टी सैवन पॉइंट एटी टू प्लस कर देंगे तो हाँ को आ जाएगा एटीन हंड्रड एन हंड्रड फोर्टी सैवन पॉइंट एटी टू ਬੇਟਾ ਨਾਲ ਜਿਹੜਾ ਪੁਆਇੰਟਾਂ 'ਚ ਆਂਸਰ ਹੁੰਦਾ ਹੈ ਨਾ ਉਹਨੂੰ ਐਪਰੋਕਸ ਜ਼ਰੂਰ ਲਿਖਿਆ ਕਰੋ ਕਿਉਂਕਿ ਕਦੀ ਕਦੀ ਹੁੰਦਾ ਮੰਨ ਲਓ ਕਿ ਇਹਦੇ 'ਚ ਜਿਸ ਸਾਹ ਹੁਣ ਕਦੀ ਕਦੀ ਆ ਹੋ ਸਕਦਾ ਤੁਹਾਡਾ ਆਂਸਰ ਆ ਹੋਵੇ ਬੁੱਕ ਦੇ ਵਿੱਚ ਹੈਨਾ ਤੇ ਪਰ ਜੇ ਤੁਸੀਂ ਐਪਰੋਕਸ ਲਿਖ ਦੋਗੇ ਤੇ ਫਿਰ ਤੁਹਾਡਾ ਟੀਚਰ ਜਿਹੜਾ ਹੈਗਾ ਆਂਸਰ ਗਲਤ ਨਹੀਂ ਮਾਰੇਗਾ ਤੁਹਾਡੇ ਨੰਬਰ ਨਹੀਂ ਕੱਟੇਗਾ ਠੀਕ ਹੈ ਬੇਟਾ ਆ ਗਿਆ ਹੱਡਾ ਸਮ ਨੰਬਰ 3 ਦਾ ਆਂਸਰ ਬੇਟਾ ਦ 스ਕ੍ਰੀਨਸ਼ਾਟ ਲੈ ਲਓ ਹੁਣ ਫਿਰ ਆਪਾਂ ਜਲਦੀ ਛੇਤੀ ਤੋਂ ਛੇਤੀ ਅਮਨੇ ਸਮ ਨੰਬਰ 4 ਦੇ ਵੱਲ ओके okay, बेटा जी हुन अपा आ गए अपने सम नंबर 4 ਦੇ ਵੱਲ ਤੇ ਸਮ ਨੰਬਰ 4 ਤੇ ਵੀ ਸਾਨੂੰ ਸਟੇਟਮੈਂਟ ਦਿੱਤੀ ਆ ਜਿਸ ਦੇ ਵਿੱਚ ਸਾਨੂੰ ਕੀ ਦਿੱਤਾ ਹੈ ਇੱਕ ਜਿਹੜਾ ਸਾਡੇ ਕੋਲ ਕਾਲਮ ਹੈਗਾ ਉਹ ਨੰਬਰ ਆਫ ਸਟੂਡੈਂਟ ਪਰ ਟੀਚਰ ਹੈਗਾ ਤੇ ਨੰਬਰ ਆਫ ਸਟੇਟ ਦਾ ਹੈਗਾ ਜੋ ਕਿ ਆਪਾਂ ਟੇਬਲ ਇਥੇ ਬਣਾ ਲਿਆ ਆ ਸਭ ਤੋਂ ਪਹਿਲਾਂ ਬੇਟਾ ਹਮੇਸ਼ਾ ਯਾਦ ਰੱਖਿਓ ਕਿ ਖਾਨੂੰ ਜਿਹੜਾ ਹੈਗਾ ਮੋਡ ਦਾ ਫਾਰਮੂਲਾ ਲਿਖਣਾ ਏ ਮੋਡ ਦਾ ਫਾਰਮੂਲਾ ਲਿਖ ਲੋਗੇ ਨਾ ਤੇ ਬੇਟਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਕੀ ਕੀ ਫਾਈਂਡ ਆਊਟ ਕਰਨਾ ਹੈ ਤਾਂ ਤਹੀਂ ਮਿਸਟੇਕ ਨਹੀਂ ਕਰੋਗੇ ਤੇ ਬੇਟਾ ਮੋਡ ਦਾ ਫਾਰਮੂਲਾ ਨਾ ਮੈਂ ਤੇ ਪਰਸਨਲੀ ਆਹੀ ਕਹਿੰਦਾ ਕਿ ਬੱਚੋ ਰੱਟ ਲੋ ਕੋਲ ਕੇ ਪੀ ਲੋ ਕਿਉਂਕਿ ਜਿਹੜਾ ਸਟੈਟਿਸਟਿਕਸ ਚੈਪਟਰ ਹੈਗਾ ਮੀਨ ਮੀਡੀਅਨ ਤੇ ਮੋਡ ਵਾਲਾ ਠੀਕ ਹੈ ਆਹੀ ਹੈਗਾ ਇਹਦੇ ਵਿੱਚ ਤਿੰਨੀ ਐਕਸਰਸਾਈਜ਼ ਆਉਂਦੀ ਹੈ ਤੇ ਜੇ ਤੁਸੀਂ ਕਰ ਲੋਗੇ ਚੰਗੀ ਤਰ੍ਹਾਂ ਰੱਟ ਲੋਗੇ ਤਾਂ ਤੁਹਾਡਾ ਨੰਬਰ ਆ ਜਾਣਗੇ ਕਿਉਂਕਿ ਮੇਰੇ ਖਿਆਲ ਨਾਲ ਆਹੀ ਮੈਚ ਦੇ ਵਿੱਚ ਹੁੰਦੇ ਜਿਹਦੇ ਤੇ ਜ਼ਿਆਦਾ ਨੰਬਰ ਆਉਂਦੇ ਨੇ ਠੀਕ ਹੈ ਬੇਟਾ ਫਾਰਮੂਲਾ ਲਿਖ ਲਓ ਪਹਿਲੇ ਮੋਡ ਦਾ ਹੁਣ ਇਹਦੇ ਵਿੱਚ ਵੇਖੋ ਬੇਟਾ ਹੁਣ ਆ ਜਿਹੜੀ ਸਾਡੇ ਕੋਲ ਟੇਬਲ ਦਿੱਤਾ ਜਾਂ ਫ੍ਰੀਕੁਐਂਸੀ ਦਿੱਤੀ ਇਹਦੇ ਵਿੱਚ ਸਭ ਤੋਂ ਹਾਈएस्ट ਫ੍ਰੀਕੁਐਂਸੀ ਕਿਹੜੀ ਹੈ 10 ਵਾਲੀ 10 ਵਾਲੇ ਦੇ ਸਾਹਮਣੇ ਕਿਹੜਾ ਕਲਾਸ ਇੰਟਰਵਲ ਹੈਗਾ 30 ਤੇ 35 ਵਾਲਾ ਠੀਕ ਹੈ ਤੇ ਸਭ ਤੋਂ ਪਹਿਲੇ ਆਪਣਾ ਲਿਖ ਲਓ ਸੀਆਈ ਕਲਾਸ ਇੰਟਰਵਲ ਹੈਗਾਡੇ ਕੋਲ 30 ਟੂ 35 ਤੇ ਸਾਡਾ ਐਲ ਕੀ ਹੋ ਗਿਆ 30 ਹੁਣ ਤੁਹਾਨੂੰ ਪਤਾ ਨਾ ਐਲ ਸਭ ਤੋਂ ਛੋਟੀ ਜਿਹੜੀ ਹੁੰਦੀ ਉਹ ਲੋਅਰ ਲਿਮਟ ਸਭ ਤੋਂ ਉੱਪਰ ਡੀ ਜਿਹੜੀ ਹੁੰਦੀ ਉਹ ਅਪਰ ਲਿਮਟ ਠੀਕ ਹੈ ਹੁਣ ਐਚ ਫਾਈਂਡ ਆਊਟ ਕਰਦੇ ਆਂ ਐਚ ਫਾਈਂਡ ਆਊਟ ਕਰਨ ਵਾਸਤੇ ਕੀ ਫਾਰਮ ਹੁੰਦਾ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਇੱਕ ਜਾਂ ਦੀ ਬੁੱਕਾਂ ਵਿੱਚ ਲਿਖਿਆ ਹੁੰਦਾ ਅਗਰ ਜੇ ਤੁਸੀਂ ਫਾਰਮਾ ਨਹੀਂ ਅਪਲਾਈ ਕਰਨਾ ਤਾਂ ਤੁਸੀਂ ਸਿੰਪਲ ਵੇਖ ਸਕਦੇ ਜਿਵੇਂ 15 ਤੇ 20 20 ਨੂੰ 15 ਨਾਲ ਮਾਈਨਸ ਕਰ ਦਿਓ ਤਾਂ ਕਿੰਨਾ ਆ ਜਾਏਗਾ 5 ਹੁਣ ਅਸੇ ਸਾਰੇ ਕਲਾਸ ਇੰਟਰਵਲ ਵਿੱਚ ਵੇਖ ਲਓ ਠੀਕ ਹੈ ਸਾਰੇ ਕਲਾਸ ਇੰਟਰਵਲ ਵਿੱਚ ਵੇਖ ਲਓ 5 ਦਾ ਹੀ ਗੈਪ ਹੋਏਗਾ ਠੀਕ ਹੈ ਹੁਣ ਜੇ ਫੋਰ ਐਗਜ਼ਾਮਪਲ ਇਹ ਵਿੱਚ ਪਾਲੀ ਤਾਂ 35 30 ਹਰ ਗੁਲਾਕ ਕਲਾਸ ਇੰਟਰਵਲ ਆ ਤਾਂ ਕਿੰਨਾ ਆ ਗਿਆ ਐਚ ਆ ਡੇ ਕੋ ਲਾ ਗਿਆ 5 ਠੀਕ ਹੈ ਹੁਣ 10 નો પર ડિનોડກະ દે f1 દેનાલ તે f1 દે ઉપર જેડા હેગા f0 f1 દે થેલે જેડા હેગા f2 f1 જેડા હેડકોલ હેગા ઓ 10 f0 હેડકોલ હેગા જે 9 ਤੇ f2 હડકો કીના હે ગરે 3 ઠીક હે બેટા હુન કુછ નહી કરના ડનોકો આ ફોર્મ્યુલા હેગા l હેગા f1 હેગા f0 હેગા f2 હેગા તે h હેગા જસ્ટ ઉન બસ ફોર્મ્યુલે તે પુટ કર દેત રા આન્સર આ જૈગા જીવે હડકો લોબલ લિમિટ કીની હી 30 30 + હડકો fi કીના टेन माइनस एफ जीरो कि नाइन डिवाइड बाय बाय टू मल्टीप्लाई बाय एफ वन एफ वन हाडे ही ठीक है माइनस एफ़ जीरो नाइन माइनस एफ़ टू कि है थ्री मल्टीप्लाई बाय एच एच कितना है देखो फाइव ठीक है बेटा ना देखो थर्टी आ जाएगा जो आप टेन माइनस करेंगे नाइन का कितना आ गया देखो वन ठीक है जो आप 10 टू 2 करा ट्वेंटी माइनस नाइन माइनस थ्री मल्टीप्लाई बाय फाइव ਠੀਕ ਹੈ ਬੇਟਾ ਜੇਦੋ ਆਪਾਂ 1 ਨੂੰ ਮਲਟੀਪਲਾਈ ਕਰਾਂਗੇ 5 ਨਾਲ ਤਾਂ ਕਿੰਨਾ ਆਨਸਰ ਆ ਜਾਏਗਾ 5 ਆ ਜਾਏਗਾ ਠੀਕ ਹੈ 20 ਮਾਈਨਸ ਕਰਾਂਗੇ 9 ਕਿੰਨਾ ਆ ਜਾਏਗਾ ਤੁਹਾਡੇ ਕੋਲ 11 11 ਮਾਈਨਸ 3 ਕਿੰਨਾ ਆ ਜਾਏਗਾ ਤੁਹਾਡੇ ਕੋਲ 8 ਠੀਕ ਹੈ ਬੇਟਾ ਹੁਣ ਜੇ ਤੁਸੀਂ 5 ਨੂੰ 8 ਨੂੰ ਡਿਵਾਈਡ ਕਰੋਗੇ 5 ਦੇ ਨਾਲ ਤੇ ਹੁਣ ਤੁਹਾਡੇ ਕੋਲ ਕਿੰਨੀ ਪੁਆਇੰਟਾਂ ਦੇ ਵਿੱਚ ਆਨਸਰ ਆ ਜਾਏਗਾ ਪੁਆਇੰਟਾਂ ਦੇ ਵਿੱਚ ਆ ਜਾਏਗਾ ਅਪਰੋਕਸ ਆ ਜਾਏਗਾ ਤੁਹਾਡੇ ਕੋਲ 0.625 ਠੀਕ ਹੈ ਹੁਣ 30 ਜੋ ਪਲੱਸ 0.625 ਕਰ ਦੋ ਤੇ ਕਿੰਨਾ ਆਨਸਰ ਆ ਜਾਏਗਾ थर्टी पॉइंट सिक्स टू फाइव ठीक है बेटा नाल जरूर लिखना कि अपरोक्स ये है आंसर बेटा सम बिल्कुल इजी है जे ती अंडरसटैंडिंग ना करोगे कि कोई डिफिकल्ट है नहीं है बस फॉरमुला हमेशा याद होना चाहिए हम तू पता एल किए फाइंड आउट करना है एफ एफ आई एफ जीरो एफ टू कि फाइंड करना एच किए फाइंड आउट करना ठीक है बेटा आ आडा है सम नंबर फोर हूँ आप जल्दी तो चलते हैं अपना नैक्सट सम दे ਠੀਕ ਹੈ ਬੇਟਾ ਹੁਮਾਡਰ ਨੈਕਸਟ ਸਮ ਹੈਗਾ ਸਮ ਨੰਬਰ 5 ਤੇ ਸਮ ਨੰਬਰ 5 ਦੇ ਜਿਹੜਾ ਹੈਗਾ ਟੇਬਲ ਹੈਗਾ ਇੱਕ ਸਾਈਡ ਤੇ ਹੈਗਾ ਜੀ ਰਨ ਸਕੋਰ ਤੇ ਤੇ ਨੰਬਰ ਆਫ ਬੈਟਸਮੈਨ ਜੋ ਕਿ ਆਪਾਂ ਟੇਬਲ ਜਿਹੜਾ ਹੈਗਾ ਤਾਰ ਲਿਆ ਆ ਤੇ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਸੋਲੂਸ਼ਨ ਤੇ ਸਭ ਤੋਂ ਪਹਿਲਾਂ ਹਮੇਸ਼ਾ ਯਾਦ ਰੱਖਿਓ ਕਿ ਲਿਖ ਲਓ ਇੱਕ ਸਾਈਡ ਤੇ ਰਫ ਨੋਟ ਤੇ ਲਿਖ ਲਿਆ ਕਰੋ ਮੋਡ ਦਾ ਫਾਰਮੂਲਾ ਮੋਡ ਦਾ ਫਾਰਮੂਲਾ ਤੇ ਹੁਣ ਬੇਟਾ ਤੁਹਾਨੂੰ ਇਸ ਟਾਈਮ ਦੇ ਤੇ ਲਰਨ ਹੋ ਜਾਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੋਡ ਦਾ ਫਾਰਮੂਲਾ ਲੱਟ ਲੋਗੇ ਤੜ ਨੂੰ ਜਿਹੜਾ ਮੋੜ ਆ ਜਾਏਗਾ ਕੁਝ ਵੀ ਆ ਜਾਏਗਾ ਤੇ ਇਹ ਫਾਈਂਡ ਆਊਟ ਆਸਾਨੀ ਨਾਲ ਕਰ पाओगे ਹੁਣ ਵੇਖੋ ਬੇਟਾ ਲੋਅਰ ਲਿਮਿਟ ਲੈਣ ਇਹ ਸਭ ਤੋਂ ਪਹਿਲਾਂ ਵੇਖੋ ਫ੍ਰੀਕਵੈਂਸੀ ਨੰਬਰ ਆਫ ਬੈਟਸਮੈਨ ਨੂੰ ਆਪਾਂ ਕਹਿੰਦੇ ਫ੍ਰੀਕਵੈਂਸੀ ਕਹਿੰਦੇ ਹੁਣ ਆਹ ਵੇਖੋ ਸਭ ਤੋਂ ਹਾਈਐਸਟ ਫ੍ਰੀਕਵੈਂਸੀ ਕਿਹੜੀ ਹੈਗੀ ਆ ਹਾਈਐਸਟ ਫ੍ਰੀਕਵੈਂਸੀ ਹੈਗੀ ਹੈ 18 ਇਹਨੂੰ ਆਪਾਂ ਡਿਨੋਟ ਕਰਦੇ ਕਿਹਦੇ ਨਾਲ f1 ਦੇ ਨਾਲ f1 ਦੇ ਉੱਪਰ ਕੀ ਆਉਂਦਾ f0 f1 ਦੇ ਥੱਲੇ ਕੀ ਆਉਂਦਾ f2 ਠੀਕ ਹੈ ਬੇਟਾ ਹੁਣ f18 ਦੇ ਸਾਹਮਣੇ ਜਿਹੜਾ ਹੈਗਾ ਕਿਹੜੀ ਕਲਾਸ ਇੰਟਰਵਲ ਹੈਗੀ ਸੀ ਆਈ ਲਿਖ ਦੋ ਕਲਾਸ ਇੰਟਰਵਲ ਨੂੰ ਆਹ ਹੈ ਜੀ ਦੇ 4000 ਤੋਂ 5000 ਹੈ ਨਾ ਠੀਕ ਹੈ ਬੇਟਾ ਹੁਣ ਤੁਹਾਨੂੰ ਪਤਾ ਹੈ ਕਲਾਸ ਇੰਟਰਵਲ ਵਿੱਚ ਦੋ ਲਿਮਿਟਸ ਹੁੰਦੀਆਂ ਇੱਕ ਹੁੰਦੀ ਹੈ ਲੋਅਰ ਲਿਮਿਟ ਇੱਕ ਹੁੰਦੀ ਹੈ ਅਪਰ ਲਿਮਿਟ ਠੀਕ ਹੈ ਐਲ ਅਪਰ ਡਿਨੋਟ ਕਰਦੇ ਕੇ ਦੇ ਨਾਲ ਲੋਅਰ ਲਿਮਿਟ ਦੇ ਨਾਲ ਸਾਡੇ ਕੋਲ ਕੀ ਆਏਗਾ ਦੇਖੋ ਕਿਹੜੀ ਵੈਲਿਊ ਆ ਜਗੀ 4000 ਠੀਕ ਹੈ ਹੁਣ ਸਾਡੇ ਕੋਲ ਐਫ 0 ਕਿੰਨਾ ਹੈਗਾ ਐਫ 0 ਸਾਡੇ ਕੋਲ ਹੈਗਾ ਜੀ 4 ਐਫ 1 ਸਾਡੇ ਕੋਲ ਕਿੰਨਾ ਹੈਗਾ ਜੀ 18 ਐਫ 2 ਕਿੰਨਾ ਸਾਡੇ ਕੋਲ 9 ਠੀਕ ਹੈ ਬੇਟਾ ਸਾਰੀ ਵੈਲਿਊਜ਼ ਲਿਖ ਲਈ ਤਾਂ ਹੁਣ ਬੇਟਾ ਆ ਗਿਆ ਆਪਾਂ ਸੋਲੂਸ਼ਨ ਹੁਣ ਆਹ ਦੇਖੋ ਕੀ ਆਗਾ ਸਿਰਫ ਜਿਹੜੇ ਹਰ ਕੋ ਵੈਲਿਊ ਆਪਾਂ ਲਿਖ ਲਈ ਹੈ ਉਹਨੂੰ ਬਸ ਆਪਣਾ ਮੋਡ ਦੇ ਫਾਰਮ ਬਣਾ ਦੇ ਕਰ ਦੇਣਾ ਹੁਣ ਆਪਾਂ ਸਿਰਫ ਫਾਈਂਡ ਆਊਟ ਕਰਨਾ ਹੈ ਐਚ ਹੁਣ ਦੇਖੋ ਬੇਟਾ ਐਚ ਵਿੱਚ ਜਿਹੜਾ ਹੈਗਾ ਇਸ ਦਾ ਫਾਰਮੂਲਾ ਹੁੰਦਾ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਜਾਂ ਸਿੰਪਲੀ ਤੁਸੀਂ ਵੇਖ ਸਕਦੇ ਹੋ ਅਪਰ ਲਿਮਿਟ ਇਹਦੇ ਵਿੱਚ ਕਿਹੜੀ ਕਲਾਸ ਇੰਟਰਵਲ ਚ ਹੈਗੀ 5000 ਮਾਈਨਸ ਲੋਅਰ ਲਿਮਿਟ ਕਿੰਨੀ ਕੀ 4000 ਆ ਗਿਆ 1000 जी अपनी जिनी भी क्लास इंटरवल हैगी है एक क्लास इंटरवल में माइनस कर दोगे तो तुम आ जाएगा कि सिर्फ थााउजेंड थाउजेंड हाँ हाँ का ही गैप हैगा ठीक है हूँ बेटा वेखो को कोवर लिमिट किए फोर थाउजेंड प्लस एफ वन हाडे को ही एटीन माइनस एफ़ टू कि फोर डिवाइड बाय टू मल्टीप्लाई बाय एफ वन किल एटीन माइनस एफ़ जीरो फोर माइनस एफ़ टू नाइन मल्टीप्लाई बाय थाउजेंड ਠੀਕ ਹੈ ਬੇਟਾ ਹੁਣ ਆਪਾਂ ਜੀ ਦੋ ਕਰਾਂਗੇ 18 4 ਕਰਾਂਗੇ ਤੇ ਕਿ ਨਾ ਦੇਗਾ 14 ਠੀਕ ਹੈ ਜਦੋਂ ਆਪਾਂ 2 ਨੂੰ ਮਲਟੀਪਲਾਈ ਕਰਾਂਗੇ 18 ਆ ਜਾਏਗਾ ਸਾਡੇ ਕੋਲ 36 4 9 ਠੀਕ ਹੈ ਬੇਟਾ ਹੁਣ ਬੇਟਾ ਮੰਨ ਲਓ 4000 14 ਸੇ ਲਿਖਿਆਗਾ ਹੁਣ ਵੀਖੋ 36 ਨੂੰ ਮਾਈਨਸ ਕਰਾਂਗੇ 13 ਦੇ ਨਾਲ ਠੀਕ ਹੈ ਹੁਣ ਜਦੋਂ 4 ਤੇ ਦਾ 4 ਦਾ ਕੀ ਕਹਿੰਦੇ ਆ ਦਾ 4 ਦਾ 9 ਬਣ ਕੀ ਹੋ ਜਾਣਗੇ -13 ਠੀਕ ਆ ਬੇਟਾ ਉੱਪਰ ਆਏਗਾ 14 1000 ਇਹਦੇ 1000 ਨਾ 100 ਦਿੱਖਦਾ ਹੀ ਫਰੈਕਸ਼ਨ ਕਰ ਲਿਓ ਫਿਰ ਅਡਿਕਲ 4000 14000 ਹੋਣਾ ਕੀ ਹੈਗਾ ਅਡਿਕਲ 13 ਅ ਅ ਅਡਿਕਲ ਹੈਗਾ ਜੀ 36 13 36 13 ਕਰਾਂਗੇ ਅਡਿਕਲ ਕਿੰਨੀ ਵੈਲਿਊ ਆ ਜਾਏਗੀ 23 हम फोटीन डाउजेंड डिवाइड बाय ट्वेंटी थ्री हाटे कोइंटा च आंसर आ जाएगा बेटा तो वह आएगा सिक्स हंडरड सिक्स हंडर्ड एट पॉइंट सिक्सटी नाइन ठीक है बेटा हम कुछ नहीं करना सिंपली फोर थाउजेंड सिक्स हंड्रड एट पॉइंट सिक्सटी नाइन प्लस कर देंगे कि ना लेगा फोर हंड्रड फोर थाउजेंड सिक्स एट पॉइंट सिक्सटी नाइन लिख के ये बेटा आ जाएगा आंसर ठीक है बेटा या कहीं कद जिस तरह हम ये अगर है राउंड फिगर भी कर लिया करो सिस थाउजेंड फोर सिक्स थाउजेंड फोर थााउजेंड सिक्स हाडे को बेटा आ जाएगा या बेटा कभी कभी राउंड ऑफ कर लिया करो फोर थाउजेंड सिक्स हंड्रड एट पॉइंट सिक्स पॉइंट एट पॉइंट सैवन ठीक है बेटा हम चलते अपनी नेक्स्ट सम दे ओके okay, बेटा होना डर जरा नेक्स्ट समय का है वो हैगा सम नंबर 6 और दे विच वेनु दो कॉलम दते एक ते दे हम देते नंबर ऑफ कास्ट ए फ्रीक्वेंसी होने दे विच सब तो देख लो कि सब तो बड़ी जेडी फ्रीक्वेंसी है वो केडी हैगी सब तो फ्रीक्वेंसी बड़ी फ्रीक्वेंसी हैगी 20 इन्नो के हो गया एफ1 एफ1 दे ऊपर एफ0 एफ1 दे था लेके आएगा एफ2 तो इधर सामने किएगा क्लास इंटरवल पहले सलूशन लिख लो फिर क्लैरिटी वास्ते मोड दा हमेशा फार्मूला लिख लो ठीक हाँ है बेटा हम हडे क्लास इंटरवल हैगा हाँ क्लास इंटरवल है कोल हैगा कि हैगा फोर्टी टू फिफ्टी ए क्लास इंटरवल फोर्टी हैगी लोअर लिमिट तो दूसरी फिफ्टी हैगी अपर लिमिट तो एल की हैगा फोर्टी एफ वन हडे कोफ़ जीरो हाडे को जे ट्वेल्व एफ वन हडे को एफ टू हाडे को कोलैवन तो एच अपर लिमिट माइनस लोअर लिमिट ठीक है फिफ्टी माइनस फोर्टी हाटे को कि टेन ठीक है बेटा हम क्वेश्चन करना सिंपली जी वैल्यू दी है वो पुट कर लो लोअर लिमिट को हैगी फोर्टी प्लस टू एफ वन आएगा ट्वेंटी माइनस एफ जीरो ट्वेल्व फिर हैगा जे टू मल्टीप्लाई बाय एफ वन ट्वेंटी माइनस माइनस इलेवन मल्टीप्लाई बाय ठीक है बेटा हम ट्वेंटी से ट्वेल्व माइनस करा एट तो टू मल्टीप्लाई करेंगे ट्वेंटी ना फोर्टी माइनस ट्वेल्व माइनस इलेवन मल्टीप्लाई बाय 10 ठीक है बेटा फोर्टी माइनस प्लस हम एट मल्टीप्लाई करोगे टेन आ जाएगा एटी थले आ जाएगा जी करोगे फोर्टी माइनस ट्वेल्व करोगे तो थोड़े को आएगा ट्वेंटी एट माइनस इलेवन ठीक है बेटा तो जो ती ट्वेंटी एट माइनस इलेवन करोगे तो ढेर को आ जाएगा सैवनटीन ठीक है हम तू करना पड़ेगा सैवनटीन टू करोगे तो डिवाइड एटीन देना एटीन करोगे डिवाइड सैवनटी देना तोल पॉइंटा आंसर आ जाएगा पॉइंटा आंसर आ जाएगा फोर पॉइंट सैवन जीरो फाइव हम कुछ नहीं करना बस जरा फोर्टीन प्लस कर दो फोर पॉइंट सैवन जीरो फाइव तो फोर्टी फोर पॉइंट सैवन हंड्रड जीरो फाइव एप्रोक्स ਟਾਡਾ ਆਨਸਰ ਆ ਦੇਗਾ ਠੀਕ ਹੈ ਬੇਟਾ ਇਸ ਸਮ ਦੇ ਨਾਲ ਹੀ ਬੇਟਾ ਸਾਡੀ ਜਿਹੜੀ ਆ ਐਕਸਰਸਾਈਜ਼ ਹੈਗੀ ਆ 13.2 ਉਹ ਵੀ ਕਵਰ ਹੋ ਚੁੱਕੀ ਹੈ ਆਈ ਹੋਪ ਕਿ ਤੁਹਾਨੂੰ ਕੋਈ ਵੀ ਡਾਊਟ ਨਹੀਂ ਹੋਏਗਾ ਅਗਰ ਤੁਹਾਨੂੰ ਡਾਊਟ ਹੈਗਾ ਤੇ ਬੇਟਾ ਕਮੈਂਟ ਸੈਕਸ਼ਨ ਹੈਗਾ ਤੁਹਾਡੇ ਕੋਲ ਤੁਸੀਂ ਕਮੈਂਟ ਕਰੋ ਮੈਂ ਤੁਹਾਡਾ ਜਰੂਰ ਰਿਪਲਾਈ ਕਰਾਂਗਾ ਠੀਕ ਹੈ ਬੇਟਾ ਇਹਦੇ ਨਾਲ ਹੀ ਸਾਡੀ 13.2 ਐਕਸਰਸਾਈਜ਼ ਕੰਪਲੀਟ ਹੋ ਗਈ ਹੈ ਟੇਕ ਕੇਅਰ